जिहड़ा भी बंदा किसी भी जनता के हक की गल करता है या किसी बुराई के खिलाफ लड़ता उहदे वास्ते परचे ते जेल है, जे कोई उदू लंघ के तां कोई तरक्की वाले पासे नूं जांदा है उहदे वास्ते गोली है। असीं मूर्खां दी सरकार चक के बनाती, उहदा रिजल्ट साडे सामने आई जांदा है। असीं 92 बंदे नवें चुन ले, ये बंदे ऊड़े दुआड़ा तां कोई जानदा नहीं। इन्हां च पग्गां दे विच सिर वसाए होए ने, पीड़ियां बन लियां, लोकां ने जज्बाती हो के जिताते। मैनूं एक बंदा दस्सो, तुसीं भी रोज़ बंदे च रहिंदे, भी किहड़ा बंदा विजन वाला है। ਕੰਮ ਪੁਲਿਸ ਦਾ ਉਹ ਕਹਿੰਦੇ ਝੋਟਾ ਕਰਦਾ ਸੀ, ਕਿਹੜਾ ਝੋਟੇ ਦੇ ਘਰੇ ਜਾ ਕੇ ਉਹਦੇ ਕੰਮ ਕਰਦੇ, ਕਹਿੰਦੇ ਪੁਲਿਸ ਦਾ ਕੰਮ ਝੋਟਾ ਕਰਦਾ ਸੀ ਤਾਂ ਸਿੱਟਿਆ ਅੰਦਰ। ਨਹੀਂ ਫਿਰ ਜੇ ਪੁਲਿਸ ਆਪ ਦਾ ਕੰਮ ਆਪ ਕਰਦੀ ਹੋਵੇ ਫਿਰ ਝੋਟਾ ਨਾ ਕਰਦਾ, ਇਹ ਤਾਂ ਫਿਰ ਹੁਣ ਆ ਘੱਟ ਨੂੰ ਵੀ ਕਹਿਣਗੇ ਵੀ ਸਾਡੇ ਪੁਲਿਸ ਦੇ ਕੰਮ 'ਚ ਵਿਘਨ ਪਾਉਂਦੇ ਹੋ ਤੁਸੀਂ। ਤਾਂ ਪੁਲਿਸ ਕਰਦੀ ਕੀ ਹੈ ਦੱਸ ਦਿਓ ਮੈਨੂੰ। ਉਹ ਪਹਿਲਾਂ ਪੁਲਿਸ ਦੇ ਪ੍ਰੈਸ਼ਰ ਸੀ, ਹੁਣ ਪਬਲਿਕ ਦਾ ਪ੍ਰੈਸ਼ਰ ਪੈ ਗਿਆ, ਪਲਟ ਕੇ ਦੂਜੇ ਪਾਸੇ ਹੋ ਗਈ ਕੁੜੀ। ਉਹ ਝੋਟਾ 20 ਬੰਦਿਆਂ ਨੂੰ ਇਹਨਾਂ ਦੇ ਕੋਲੇ ਫੜ ਕੇ ਛੱਡ ਵੀ ਗਿਆ, ਉਹਨਾਂ ਨੇ ਦੱਸ ਦਿਓ ਕੀ ਕਰਤਾ। ਮੈਂ ਫੜ ਲਿਆ ਹੋਣਾ, ਤੁਸੀਂ ਐਂ ਦੀ ਨਿਗਾਹ ਕੇ ਫੇਰ ਘਰੇ ਭੇਜ ਦਿੰਦੇ ਹੋ, ਫਿਰ ਆਖਰ ਨੂੰ ਆਖਰ ਨੂੰ ਅੱਕੇ ਲੋਕ ਕਰਨਗੇ ਕੀ। ਪਰਮਾਰ ਸਾਹਿਬ ਕਹਿੰਦੇ ਅਸੀਂ ਤੁਹਾਡਾ ਟਰੈਕਟਰ ਕਦੇ ਅਸੀਂ ਬਾਹਿਆ ਵੀ, ਅਸੀਂ ਤੁਹਾਡੇ ਪੁਲਿਸ ਦੀਆਂ AK 47 ਕਿਤੇ ਫੜੀਆਂ ਨੇ ਆ ਕੇ। ਭਗਵੰਤ ਮਾਨ ਕਹਿੰਦੇ ਸੀ ਨਸ਼ਾ ਖਤਮ ਹੋ ਜੂ 3 ਮਹੀਨੇ 4 ਮਹੀਨੇ ਐਂ ਸਮਾਂ ਦਿੱਤਾ ਸੀ, ਲੱਗਦਾ ਹੋ ਜੂਗਾ। ਉਹ ਨਹੀਂ ਬਾਈ ਕੀ ਹੋਣਾ, ਇਹਨਾਂ ਤੋਂ ਕੱਖ ਵੀ ਨਹੀਂ ਹੋਣਾ, ਇਹ ਬੇੜਾ ਗਰਕ ਕਰਕੇ ਜਾਣਗੇ ਸਟੇਟ ਦਾ। ਇਹਨਾਂ ਤੋਂ ਬੇਕਾਬੂ ਹੈ ਜੀ ਨਸ਼ਾ। ਇਹ ਚਾਹੇ ਕੇਜਰੀਵਾਲ ਇੱਥੇ ਮੰਜਾ ਢਾ ਕੇ ਬਹਿ ਜੇ, ਨਸ਼ਾ ਨਹੀਂ ਬੰਦ ਕਰ ਸਕਦੇ। ਇਹ ਹਰ ਪਿੰਡ ਦੇ ਵਿੱਚ ਇਹੋ ਜਿਹੀਆਂ 2-4 ਜਨਾਨੀਆਂ 2-4 ਬੰਦੇ ਹੈਗੇ ਨੇ ਜਿਹਦੇ ਘਰੇ ਪੁਲਿਸ ਦਾ ਆਮ ਜਾਣਾ ਆਉਣਾ, ਉਹਦੇ ਦਾ ਪਰਮਾਰ ਜੀ ਕੰਮ ਕਰਦੇ ਨਹੀਂ ਤੇ ਇਹਨੂੰ ਫੜ ਕੇ ਅੰਦਰ ਦੇਤਾ। ਅੱਜ ਤਾਂ ਇਹ ਪੁਲਿਸ ਵਾਲੇ ਕਹਿੰਦੇ ਆ ਨਾ ਵੀ ਇਹ NDPS ਦੇ ਐਕਟ 'ਚ ਆਉਂਦਾ ਹੀ ਨਹੀਂ ਗਾ, ਇਹ ਕੈਪਸੂਲ ਹੈ। ਇਹ ਬੰਦੇ ਪਹਿਲਾਂ ਇਸ ਐਕਟ ਦੇ ਵਿੱਚ ਵੀ ਸਜ਼ਾ ਕੱਟ ਕੇ ਆਏ ਹੋਏ ਨੇ। ਝੋਟੇ ਦੇ ਹੱਕ ਵਿੱਚ ਮਾਨਸਾ 'ਚ ਅੱਜ ਵੱਡਾ ਇਕੱਠ ਹੈ ਤੇ ਉੱਥੇ ਸਿੱਧੂ ਮੂਸੇਵਾਲੇ ਦੇ ਤਾਇਆ ਜੀ ਵੀ ਪਹੁੰਚੇ, ਗੱਲਬਾਤ ਕਰਦੇ ਆ। ਕਿਵੇਂ ਦੇਖਦੇ ਹੋ ਜੀ, ਮਤਲਬ ਨੌਜਵਾਨ ਜਿਹੜਾ ਵੀ ਉੱਠਦਾ ਹੈ, ਜਿਹੜਾ ਵੀ ਆਵਾਜ਼ ਉਠਾਉਂਦਾ ਹੈ, ਉਹਨੂੰ ਐਂ ਦਬਾਇਆ ਜਾਣਾ? ਇਸ ਵੇਲੇ ਜਿਹੜਾ ਸਰਕਾਰਾਂ ਦਾ ਰਵੱਈਆ ਹੈ ਨਾ, ਆਮ ਲੋਕਾਂ ਦੇ ਖਿਲਾਫ ਹੈ ਤੇ ਬਦਮਾਸ਼ਾਂ ਦੇ ਹੱਕ 'ਚ ਹੈ। ਜਿਹੜਾ ਵੀ ਬੰਦਾ ਕਿਸੇ ਵੀ ਜਨਤਾ ਦੇ ਹੱਕ ਦੀ ਗੱਲ ਕਰਦਾ ਹੈ ਜਾਂ ਕਿਸੇ ਬੁਰਾਈ ਦੇ ਖਿਲਾਫ ਲੜਦਾ ਉਹਦੇ ਵਾਸਤੇ ਪਰਚੇ ਤੇ ਜੇਲ੍ਹ ਹੈ, ਜੇ कोई उदू लंघ के तां कोई तरक्की वाले पासे नूं जांदा है उहदे वास्ते गोली है। दोने सरकारां सेंटर दी ते पंजाब दी मिलियां होईयां ने आपस दे विच, सारियां दा सारी गल दा पता है। इस मुहिम दा ये जिहड़े बंदियां ते ये मैडिकल नशे दी गल करदे आ जां दूसरियां दी, सारे बंदियां नूं पता है। ये पहलां अज तां ये पुलिस वाले कहिंदे आ ना भी ये NDPS दे एक्ट 'च आउंदा ही नहीं गा, ये कैप्सूल है। ये बंदे पहलां इस एक्ट दे विच भी सज़ा कट के आए हुए ने ਜਿਹੜੇ ਅਸ਼ਮਨੀ ਹੋਰੀ ਨੇ। ਇਹਨਾਂ ਦੇ 188 ਦੇ ਜਾਂ ਡਿਜ਼ਾਸਟਰ ਐਕਟ ਦੇ ਪਰਚਿਆਂ ਦਾ ਕੋਈ ਅਸਰ ਨਹੀਂ। ਗਵਰਨਮੈਂਟ ਦਾ ਜਿਹੜਾ ਇਹਨਾਂ ਪ੍ਰਤੀ ਰਵੱਈਆ ਹੈ, ਈਵਨ ਕਿ ਮੈਨੂੰ ਤਾਂ ਬੜੀ ਹਾਸੀ ਉਹ ਜਿਹੜਾ ਪਰਿਵਾਰ ਇੱਥੇ SSB ਰਹਿ ਕੇ ਗਏ ਨੇ ਪਹਿਲਾਂ, ਇਹ ਉਹ ਇਹ ਦੱਸੇ ਵੀ ਤੇਰਾ ਖਾਣਾ ਦਾਣਾ ਇਹਨਾਂ ਮੈਡੀਕਲ ਸਟੋਰਾਂ ਤੋਂ ਨਹੀਂ ਆਉਂਦਾ ਰਿਹਾ ਜਦੋਂ ਤੂੰ ਇੱਥੇ SSB ਸੀਗਾ। ਅਸੀਂ ਇਹਨਾਂ ਤੋਂ ਨਿਆਂ ਦੀ ਆਸ ਭਾਲਦੇ ਹਾਂ ਲੋਕਾਂ ਤੋਂ, ਤਾਂ ਹੀ ਪਰਚੇ ਦਿੰਦਾ ਸੀ ਕਿ ਇਹਨਾਂ ਦਾ ਟਰੈਕਟਰ ਨਹੀਂ ਵਾਹੁਣ ਜਾਂਦੇ। ਤੇ ਅਸੀਂ ਕਿਹੜਾ ਤੇਰੇ ਪੁਲਿਸ ਦੀ ਆ ਕੇ ਇੱਥੇ AK-47 ਰਾਈਫਲ ਫੜ ਲਈ ਵੀ ਸਾਨੂੰ ਫੜਾ ਦੇ ਅਸੀਂ ਲੋਕ ਮਾਰਨੇ ਨੇ। ਗੱਲ ਹੈ ਲੋਕ, ਗੱਲ ਹੈਗੀ ਬੁਰਾਈ ਦੇ ਖਤਮ ਲੜਨ ਦੀ। ਰੋਜ਼ ਸਾਡੇ ਪਿੰਡ ਮਤਲਬ ਪਿੰਡਾਂ 'ਚ ਮੁੰਡੇ ਮਰ ਰਹੇ ਨੇ। ਸਾਡੇ ਪਿੰਡ ਇੱਕ ਲੇਡੀਜ਼ ਵੇਚਦੀ ਆ, ਰੋਜ਼ ਸਾਡਾ SHO ਜਾਂਦਾ ਸਦਰ ਵਾਲਾ ਉੱਥੇ, ਲੈ ਸਾਰੇ ਪਿੰਡ ਤੋਂ ਬੇਕਾਬੂ ਹੈ। ਜਿਸ ਤਰ੍ਹਾਂ ਇਹਦੀ ਗੱਲ ਕਰਦੇ ਆਪਾਂ ਘੁੰਮਣ ਵਾਲੀ ਦੀ, ਸਾਰਾ ਪਿੰਡ ਕਹੀ ਜਾਂਦਾ ਵੀ 20 ਸਾਲਾਂ ਤੋਂ ਸਾਡੇ ਪਿੰਡ ਨਸ਼ਾ ਵੇਚਦੀ ਹੈ। ਹਰ ਪਿੰਡ ਦੇ ਵਿੱਚ ਇਹੋ ਜਿਹੀਆਂ 2-4 ਜਨਾਨੀਆਂ 2-4 ਬੰਦੇ ਹੈਗੇ ਨੇ ਜਿਹਦੇ ਘਰੇ ਪੁਲਿਸ ਦਾ ਆਮ ਜਾਣਾ ਆਉਣਾ, ਉਹਦੇ ਦਾ ਪਰਮਾਰ ਜੀ ਕੰਮ ਕਰਦੇ ਨਹੀਂ ਤੇ ਇਹਨੂੰ ਫੜ ਕੇ ਅੰਦਰ ਦੇਤਾ। ਹੋਰ ਆ ਜੀ, ਜਿਹੜੀ ਜਨਾਨੀ ਦੇ ਵੱਲੋਂ ਇਲਜ਼ਾਮ ਪਹਿਲਾਂ ਲਾਏ ਗਏ ਸੀ, ਪੁਲਿਸ ਨੇ ਵੀ ਬੜਾ ਬਿਆਨ ਦਿੱਤਾ ਸੀ। ਪੁਲਿਸ ਕਹਿੰਦੀ ਸੀ ਕਿ ਝੋਟੇ ਨੇ ਗਲਤ ਕੀਤਾ, ਛੇੜਛਾੜ ਜਿਹੜੀ ਹੋਈ ਆ ਉਹ ਤੋਂ ਪਰਚਾ ਹੁੰਦਾ। ਕੱਲ ਉਸੇ ਜਨਾਨੀ ਦੇ ਵੱਲੋਂ ਪੁਲਿਸ ਤੇ ਇਲਜ਼ਾਮ ਲਾਤੇ, ਉਹ ਕਹਿੰਦੀ ਕਿ ਮੈਨੂੰ ਤਾਂ ਪੁਲਿਸ ਨੇ ਧੱਕੇ ਦੇ ਨਾਲ ਪਰਚਾ ਕਰਵਾਇਆ ਸੀ, ਝੋਟਾ ਤਾਂ ਮੇਰਾ ਭਰਾ, ਝੋਟਣ ਦਾ ਕੀਤਾ ਹੀ ਕੁਛ ਨਹੀਂ। ਨਹੀਂ ਇਹਦੀ ਤਾਂ ਦੋ ਰਾਮਾ ਹੀ ਨਹੀਂ ਜੀ ਕੋਈ ਗੱਲ। ਇਹ ਤਾਂ ਝੋਟੇ ਨੂੰ ਦੱਬਣ ਵਾਸਤੇ ਤੁਸੀਂ ਉਹ ਐਪਲੀਕੇਸ਼ਨ ਹੀ ਪੜ੍ਹ ਲਓ। ਆਪਾਂ ਨੇ ਹੁਣ ਉਸ ਕੁੜੀ ਨੂੰ ਕਹਿ ਦਿਓ ਵੀ ਉਹ ਐਪਲੀਕੇਸ਼ਨ ਦੁਬਾਰੇ ਉਸ ਲੋਟ ਬੋਲ ਕੇ ਲਿਖਾ ਦੇ ਲੈ, ਤੁਸੀਂ ਲਿਖ ਲਿਓ। ਲਿਖੀ ਹੋਈ ਪੁਲਿਸ ਦੇ ਉਹਦੇ ਤਾਂ ਸਾਈਨ ਕਰਾਏ ਨੇ ਉਹ, ਇਹਦੇ 'ਚ ਕੋਈ ਦੋਰਾਮਾ ਨਹੀਂ ਹੈ। ਉਹ ਹੁਣ ਉਹ ਪਹਿਲਾਂ ਪੁਲਿਸ ਦੇ ਪ੍ਰੈਸ਼ਰ ਸੀ, ਹੁਣ ਪਬਲਿਕ ਦਾ ਪ੍ਰੈਸ਼ਰ ਪੈ ਗਿਆ, ਪਲਟ ਕੇ ਦੂਜੇ ਪਾਸੇ ਹੋ ਗਈ ਕੁੜੀ। ਉਹ ਉਹਦੀ ਭਾਸ਼ਾ ਤਾਂ ਦੇਖੋ ਦਰਖਾਸਤ ਦੀ, ਉਹ ਕੁੜੀ ਦੇ ਜੇ ਬੋਲ ਹੋਣ ਉਹ ਤਾਂ ਮੈਂ ਜ਼ਿੰਮੇਵਾਰ ਹਾਂ ਇਸ ਗੱਲ ਦਾ। ਇਹ ਤਾਂ ਐਵੇਂ ਬਣੀਆਂ ਬਣਾਈਆਂ ਗੱਲਾਂ। ਪਰਿਵਾਰ ਪਿੱਟ ਪਿੱਟ ਮਰ ਗਿਆ ਵੀ ਆਹ ਫਲਾਣੇ ਬੰਦੇ ਆ, ਫੜ ਲਓ ਜਾਂਚ ਕਰੋ। ਤੇ ਝੋਟੇ ਨੂੰ ਫੜਨ ਆਏ ਪੁਲਿਸ ਆਈ, ਕੀ ਇਹ ਪੁਲਿਸ ਦਾ ਰਵੱਈਆ ਜਿਹੜੇ ਅਸਲ ਦੋਸ਼ੀ ਹੈ ਪੰਜਾਬ ਦੇ ਉਹਨਾਂ ਨੂੰ ਫੜਨ ਪ੍ਰਤੀ ਹੈ? ਨਹੀਂ ਇਹ ਕਿਤੇ ਨਹੀਂ ਵੀਰ ਜੀ, ਪਤਾ ਕੀ ਹੈ ਵੀ ਜਿਹੜੀਆਂ ਅਸੀਂ ਸਰਕਾਰਾਂ ਚੁਣ ਲੈਣੇ ਨਾ, ਅਸੀਂ ਸ਼ਾਇਦ ਅਸੀਂ 92 ਬੰਦੇ ਨਵੇਂ ਚੁਣ ਲਏ, ਇਹ ਬੰਦੇ ਊੜੇ ਦੁਆੜਾ ਤਾਂ ਕੋਈ ਜਾਣਦਾ ਨਹੀਂ। ਇਹਨਾਂ 'ਚ ਪੱਗਾਂ ਦੇ ਵਿੱਚ ਸਿਰ ਵਸਾਏ ਹੋਏ ਨੇ, ਪੀੜੀਆਂ ਬੰਨ ਲਿਆ, ਲੋਕਾਂ ਨੇ ਜਜ਼ਬਾਤੀ ਹੋ ਕੇ ਜਿਤਾਤੇ। ਮੈਨੂੰ ਇੱਕ ਬੰਦਾ ਦੱਸੋ, ਤੁਸੀਂ ਵੀ ਰੋਜ਼ ਬੰਦਿਆਂ 'ਚ ਰਹਿੰਦੇ ਹੋ, ਵੀ ਕਿਹੜਾ ਬੰਦਾ ਵਿਜਨ ਵਾਲਾ ਜਿਹੜਾ ਆਉਣ ਵਾਲੇ ਸਮੇਂ ਦੀ ਕੋਈ ਪਰਖ ਕਰ ਸਕਦਾ ਹੋਵੇ ਸਰਕਾਰ 'ਚ? ਮੈਨੂੰ ਬੰਦਾ ਦੱਸੋ ਕਿਹੜਾ ਉਹ? ਅਸੀਂ ਮੂਰਖਾਂ ਦੀ ਸਰਕਾਰ ਚੱਕ ਕੇ ਬਣਾਤੀ, ਉਹਦਾ ਰਿਜ਼ਲਟ ਸਾਡੇ ਸਾਹਮਣੇ ਆਈ ਜਾਂਦਾ। ਆਮ ਦੀ ਸਰਕਾਰ ਤੁਸੀਂ ਕਹਿੰਦੇ? ਨਹੀਂ ਆਮ आम समझ के असं भुलेखे च आ जाने ना असी तो जो बदलते हैं इन्हों तो अक जाएंगे हो सकता नवे भुलेखे च पै जाइए किसी सानू भी सियाने होना पेगा असी चज के बंदे मूहरे लाइए सड़ के ਜਿਹੜੇ जिन्होंने कोई पल्ले हो गल एवं हवा च बह के जो असी फैसले करते हैं वो रिजल्ट जो अज असी भुगत रहे हैं यही मिलते हैं। फिर की लगता नशा बंद करवाना या नशे के खिलाफ आवाज़ चुकनी एक कसूर हो गया, एक कोई जुर्म हो गया कि नशे के खिलाफ हम कोई आवाज़ भी नहीं चुक सकता, उन्होंने चुक के जेल के सुट दो, झूठे परचे पा दो। नहीं, पुलिस का काम करता झूठा करना तो पुलिस नूं चाहीदा सी। चलो उन्हें एक गल मान ली आपां ओहदी इन्नी इक गल भी उन्हें जाके उहदे छत्तरां दा हार पाता जिहड़ा साडा कानून अलाउ नहीं करदा। झोटा 20 बंदियां नूं इन्हां दे कोले फड़ के छड्ड भी गया, उन्हां ने दस दिओ की करता। फिर जो तुसीं मैं फड़ लिया ना तुसीं ऐं दी निगाह के फिर घरे भेज दिंदे हो, फिर आखिर नूं बंद आखिर नूं अक्के लोक करनगे की, फिर एसलोटी इकट्ठे होणगे। मूसेवाले दी सिक्योरिटी घटाई गई, रिपोर्ट लीक हुई, झोटे दी डोप टेस्ट दी रिपोर्ट लीक हुई, ये रिपोर्टां लीक होणियां की सरकार की इन्हां रिपोर्टां नूं तुसीं किवें समझदे हो? कुछ नहीं जी, इन्हां दी करदार कुशी करदे आ लोक। झोटा किहड़ा मुकरदा है, ओह तां कहंदा मैं तां पहिलां करदा सी भाई, जे तो वह मुकरदा होवे ना फिर तो आप इन्हों की गल तो किसी से यकीन कर लगे भी वो कोई गल लकोई फिरदा। वो तो कहना मैं तो करता सी, इन्हों चो बाहर निकल के आया तो मैनू इन्हों दी चोर बोरियां का पता है, तो ही उन्होंने खिलाफ लड़दा है। आम बंदा नहीं लड़ सकता हरेक बंदा, जे मैं कहा मैं तो मैनू पता ही नहीं भैन देता कितों मिलता है कितों कौन है, जोड़ा इन्हों के विचों गया उही दसू। आ कही नहीं आते घूमने वाले हूँ भी मैं ही इन्हों के घरें भी पैदा रहा, वो मुंडा कल थोड़े अपने टेलो कह रहा सी, तो फिर ये तो जोड़ा बंदा उस लैन चो लंघ के गया उही इन्हों फड़ सकता है। जमा बेकसूर है, परचा दबाउंदी है सरकार। इन्हों तो बेकाबू है जी नशा, ये चाहे केजरीवाल इत्थे मंजा डा के बह जाए नशा नहीं बंद कर सकते। ये लोग उत्तों की जिहड़ा ये सिस्टम है ना इन्हों के उत्तों की भारू आ, आखिर उन्होंने तो हिस्सा पत्ती ये दो चार महीने लत्ता मारदा फिर हिस्सा पत्ती बन के भी चलो जिम्मे चलता चलना दो आपां ना रहिंदे। काम पुलिस दा कहंदे झोटा करदा सी, किहड़ा झोटे दे घरे जाके उहदे काम करदे, कहंदे पुलिस दा काम झोटा करदा सी तां सट्टिया अंदर। नहीं फिर जो पुलिस आपका काम कर आप करती हो फिर झोटा ना करता, ये तो फिर हम आ घट्ट भी कहे भी साढ़े पुलिस के काम विघन पाने हो, तो पुलिस करती की दस दो मैनू। परमार साहब कहें असी सोडा ट्रैक्टर कदे असी बाहे भी असी सोडे पुलिस दियां 147 कितने फड़ियां ने आके ट्रैक्टर ने, तो फिर सोडी और सोडे असले की तुलना की जा सकती है। जिहदा कोई ट्रैक्टर जट नहीं जजदा खेती करता वह भैन भाई रिश्तेदार बाकी जाते ने, फिर भी ये तो कंजर तो नहीं करता मैं बाहाया मैं जवाक भुखे मरता। उही गल ये है भगवंत मान कहते सी नशा खत्म हो जू 3 महीने 4 महीने आए समा दिता सी, लगता हो जूगा वो नहीं बाई की होना, इन्हों तो कख भी नहीं होना, ये बेड़ा गर्क करके जाएंगे स्टेट का। सारे पहलों वाले नालों नखेदर ते नकम्मी सरकार साबित होगी सोडे को, जदों 5 साल आना ना साथों बेड़ा सामभे नहीं आना, इन्नी बुरी हालत करके जाएंगे ये लोग। हाँ, ये धन्यवाद।